ਰਹਿਣ ਦੇ ਬਹੁਤ ਰਹਿਣ ਦਿਨਾਂ ਦੇ, ਦੀ। ਮੈਨੂੰ ਪਤਾ ਤੂੰ ਕਿਹੜੀ ਗੱਲ ਕਰਨੀ ਹੈ, ਜਿਹੜੀ ਗੱਲ ਤੂੰ ਕਰਨੀ ਆ ਅਸਲ 'ਚ ਉਹੀ ਗੱਲ ਮੈਂ ਕਰਨ ਨੂੰ ਫਿਰਦਾ ਸੀ ਤੇਰੇ ਨਾਲ। ਸਰਦਾਰ ਜੀ, ਜੇ ਤੁਸੀਂ ਸਮਝ ਹੀ ਗਏ ਹੋ ਤਾਂ ਫਿਰ ਸੁਣੋ, ਮੈਂ ਇਸ ਘਰ ਦੀ ਮਾਲਕਣ ਬਣਨਾ ਚਾਹੁੰਦੀ ਹਾਂ। ਮਾਲਕ ਤਾਂ ਤੂੰ ਬਣ ਜਾਏਗੀ, ਪਰ ਤੈਨੂੰ ਇਹਦੇ ਵਾਸਤੇ ਮੇਰੇ ਨਾਲ ਵਿਆਹ ਕਰਾਉਣਾ ਪਊਗਾ। ਨਾ ਤੂੰ ਸਰਦਾਰ ਦੇ ਬਰਾਬਰ ਕਿਵੇਂ ਬੈਠੀ ਆ, ਖੜੀ ਹੋ ਇਥੋਂ। ਉਹ ਠੰਡੀ ਰਹਿ, ਇਹ ਵੀ ਹੁਣ ਇਸ ਘਰ ਦੀ ਮਾਲਕਣ ਹੈ, ਨਾਲੇ ਤੂੰ ਕੌਣ ਹੋਣੀ ਇਹਨੂੰ ਉਠਾਉਣ ਵਾਲੀ ਇਥੋਂ। ਮਾਲਕਣ ਤਾਂ ਮੈਂ ਆ, ਇਹ ਤਾਂ ਨੌਕਰਾਣੀ ਸੀ। ਜੋ ਮਰਜ਼ੀ ਕਰ ਲੈ, ਗੱਲ ਤਾਂ ਹੁਣ ਬਾਹਰ ਜਾਊਗੀ ਤੇ ਮੈਂ ਇਕੱਠ ਕਰੂੰਗੀ ਸਾਰਾ, ਨਾਲੇ ਤਾਂ ਸਾਰੇ ਪਿੰਡ ਦੇ ਛੱਡੂਗੀ, ਨਾਲੇ ਮੈਂ ਆਪਦੇ ਪੇਕੇ ਸੱਦੂਗੀ। ਸ਼ਾਬਾਸ਼, ਆਹੀ ਕਸਰ ਰਹਿ ਗਈ ਸੀ ਪਿੰਡ ਦਾ ਇਕੱਠ ਕਰਨ ਦੀ। ਤੈਨੂੰ ਤਾਂ ਮੈਂ ਦੱਸਦੀ ਹਾਂ ਪਿੰਡ ਦੇ ਇਕੱਠ ਕਿਵੇਂ ਕਰੇ ਜਾਂਦੇ ਆ। ਤੁਸੀਂ ਆ ਗੱਲਾਂ ਕਰਦੇ ਮਨ ਨਾ ਹੌਲਾ ਕਰੋ, ਮਿੱਟੀ ਪਾਓ ਜੀ ਆ ਗੱਲਾਂ ਤੇ। ਅੱਛਾ ਵੀਰੇ, ਇੰਨਾ ਕੁਛ ਹੋ ਗਿਆ, ਮੰਮੀ ਇੰਨੇ ਚਲਾਕ ਨਿਕਲੇ, ਇਹਨਾਂ ਤੋਂ ਤਾਂ ਬਚ ਕੇ ਰਹਿਣਾ ਪੈਣਾ। ਉਹ ਭਾਬੀ ਬਹੁਤ ਹੋਰ ਹਿਸਾਬ ਦੀ ਕੁੜੀ ਆ ਇਹ, ਤੈਨੂੰ ਨੀ ਪਤਾ ਇਹ ਉੱਤੋਂ ਮਿੱਠੀ ਆ ਤੇ ਅੰਦਰੋਂ ਕਿੰਨੀ ਬੇਈਮਾਨ ਆ। ਜਿਹੜਾ ਕੁਛ ਇਹਨੇ ਕਰਿਆ ਨਾ, ਮੈਨੂੰ ਪਤਾ ਵੀ ਮੈਂ ਕਿਵੇਂ ਜਾਇਆ। ਪਰ ਵੀਰੇ, ਅੱਗੇ ਦੀ ਕਹਾਣੀ ਕੀ ਸੀ, ਕੀ ਹੋਇਆ ਅੱਗੇ? ਅੱਗੇ ਭਾਬੀ ਕੀ ਹੋਣਾ ਸੀ, ਜਿਵੇਂ ਜਿਵੇਂ ਚੱਲੀ ਗਿਆ ਬਸ ਮੇਰੇ ਮਾਂ ਪਿਓ ਨੂੰ ਮਾਰਤਾ, ਮੈਂ ਇੱਥੋਂ ਸਾਰਾ ਕੰਮ ਕਰਾਉਂਦੀ ਸੀ, ਸਾਡੇ ਦੋਨੇ ਭਰਾਵਾਂ 'ਚ ਉਹੀ ਬਿਸਕਰਾ, ਉਹਨੂੰ ਚੰਗਾ ਖਾਣ ਨੂੰ ਚੰਗਾ ਪਹਿਨਣ ਨੂੰ, ਮੈਨੂੰ ਬਚਿਆ ਕੁਚਿਆ। ਪਰ ਜਿਵੇਂ ਜਿਵੇਂ ਮੈਨੂੰ ਸੁਰਤ ਸੰਭਲ ਗਈ ਮੇਰੀ, ਮੈਂ ਇਹ ਸੋਚਿਆ ਵੀ ਇੱਥੇ ਮੇਰਾ ਕੁਛ ਨਹੀਂ ਪੱਟਿਆ ਜਾਣਾ, ਮੈਂ ਇੱਥੋਂ ਨਿਕਲ ਗਿਆ ਬਸ। ਪਰ ਵੀਰੇ, ਇੰਨੀ ਜ਼ਮੀਨ ਜਾਇਦਾਦ ਛੱਡ ਕੇ ਤੁਸੀਂ ਇਕੱਲੇ ਕਿੱਥੇ ਰਹਿਣ ਲੱਗ ਗਏ? ਭਾਬੀ, ਜ਼ਮੀਨ ਜਾਇਦਾਦ ਤਾਂ ਇਹਨੇ ਉਹਦੀ ਲੈ ਲਈ ਸੀ ਬਾਪੂ ਤੋਂ, ਜਦੋਂ ਇਹ ਵਿਆਹ ਕੇ ਆ ਗਈ ਸੀ, ਇਹਨੇ ਦਾਰੂ ਪਿਆ ਕੇ ਬਾਪੂ ਤੋਂ ਅੰਗੂਠੇ ਲਵਾ ਲਏ, ਸਾਰਾ ਕੁਛ ਆਪਦੇ ਨਾਂ ਕਰਾ ਲਿਆ, ਮੇਰੇ ਕੋਲ ਕੀ ਸੀ। ਹੋ ਸਰਦਾਰ ਸਾਹਿਬ, ਚਰਤ ਸਿੰਘ ਜੀ, ਕਿਵੇਂ ਬੁਲਾਉਣਾ ਹੋਇਆ ਅੱਜ, ਕੋਈ ਖਾਸ ਵਜ੍ਹਾ? ਤੈਨੂੰ ਪਤਾ ਹੀ ਹੈ ਛੋਟੇ ਵੀਰ, ਇਲਾਕੇ 'ਚ ਆਪਣੀ ਚੜ੍ਹਤ ਦਾ। ਹਾਂਜੀ, ਬਸ ਮਹਾਰਾਜ ਦਾ ਦਿੱਤਾ ਸਾਰਾ ਕੁਛ ਹੈ ਅਤੇ ਗੱਲ ਆ ਕੇ ਅੜਕ ਜਾਂਦੀ ਹੈ ਜਵਾਕਾਂ ਦੀ। ਤੈਨੂੰ ਮੈਂ ਇਸ ਕਰਕੇ ਬੁਲਾਇਆ ਵੀ ਤੂੰ ਪੇਸ਼ਾਵਰ ਵਿਚੋਲਾ ਹੈ, ਤੂੰ ਹੀ ਹੱਲ ਕਰ ਸਕਦਾ। ਹੱਲ ਤਾਂ ਆਪਣੇ ਕੋਲ ਸਾਰੇ ਆ ਜੀ, ਦੱਸੋ ਕਿੱਦਾਂ ਦਾ ਕਰਨਾ ਫਿਰ? ਕਰਨਾ ਕੀ ਹੈ ਤੁਹਾਡੇ ਲਈ, ਕਰਨਾ ਕੀ ਹੈ? ਗੱਲ ਇਹ ਹੈ ਵੀ ਆਪਾਂ ਨੂੰ ਕੁੜੀ ਚਾਹੀਦੀ ਹੈ ਸਿੰਪਲ ਅਤੇ ਸਧਾਰਨ, ਗਰੀਬ ਘਰ ਦੀ ਕੁੜੀ ਹੋਵੇ, ਸਾਡੀ ਸੇਵਾ ਕਰਨ ਵਾਲੀ ਹੋਵੇ। ਆਪਾਂ ਨੂੰ ਕੁਛ ਨਹੀਂ ਚਾਹੀਦਾ, ਨਾ ਕੋਈ ਲੈਣ ਨਾ ਦੇਣ, ਨਾ ਝੱਗਾ ਨਾ ਚੁੰਨੀ, ਬਸ ਅਸੀਂ ਤਾਂ ਕੱਪੜੇ ਵੀ ਆਪਦੇ ਪਾ ਕੇ ਲਿਆਵਾਂ ਕੁੜੀ ਨੂੰ, ਇੱਦਾਂ ਦੀ ਕੁੜੀ ਚਾਹੀਦੀ ਆਪਾਂ ਨੂੰ। ਹੋ ਜੂ ਹੱਲ ਸਾਰਾ, ਹੋ ਜੂਗਾ? ਹਾਂਜੀ, ਜਿਵੇਂ ਤੁਸੀਂ ਕਹੋਗੇ। ਚਲੋ ਲਾਓ ਪਿੰਗ ਫਿਰ। ਹਜੇ ਸਰੀਰ ਕੱਚਾ ਥੋੜ੍ਹਾ, ਤੁਸੀਂ ਤਾਂ ਆ ਵੀ ਲਾਇਆ ਸਰਦਾਰ ਸਾਹਿਬ। ਉਹ ਮੈਂ ਪਹਿਲਾਂ ਦੋ ਲਾਈ ਬੈਠਾ ਨਾ। ਅੱਛਾ, ਟਾਈਮ ਨਾਲ ਹੀ ਚੱਕ ਲੈਣਾ ਤੁਸੀਂ ਵੀ। ਮੈਂ ਗੱਲ ਕਰਨ ਜੋਗੇ ਹੋ ਜਾਈਏ। ਚਾਹਣਾ ਗੱਲ ਕਰਨ ਜੋਗੇ ਹਾਂ ਆਪਾਂ ਬਾਈ, ਦੋਵਾਂ ਮਿੱਤਰਾਂ ਦੀ ਆ ਰਾਤ ਸਾਰੀ। ਬਿਲਕੁਲ ਬਿਲਕੁਲ ਬਿਲਕੁਲ, ਚੱਕੋ ਚੱਕੋ ਜੀ, ਜਿਵੇਂ ਤੁਸੀਂ ਕਹੋਗੇ ਸਰਦਾਰ ਸਾਹਿਬ ਉਵੇਂ ਹੀ ਹੋਊ। ਆਪਾਂ ਤੁਹਾਡੇ ਤੋਂ ਭਲਾ ਬਾਹਰ ਥੋੜ੍ਹੀ ਹਾਂ। ਬਾਹਰ ਤਾਂ ਕਾਹਦਾ ਹੋਣਾ, ਆਪਣੀ ਕਿਹੜਾ ਅੱਜ ਦੀ ਜਾਣ ਪਛਾਣ ਹੈ, ਪੁਰਾਣੀ ਜਾਣ ਪਛਾਣ ਹੈ, ਪਹਿਲਾਂ ਵੀ ਤਾਂ ਰੇਟ 'ਚ ਤੂੰ ਕਰਾਈ ਆ। ਹਾਂਜੀ, ਦੇਖੋ ਫਿਰ ਗੱਲ ਕੱਚੀ ਨਿਕਲੀ ਕਦੇ ਕੋਈ? ਨਾ 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 ਨਾ, ਕੋਈ ਫਰਕ ਹੀ ਨਹੀਂ ਪਿਆ ਕਿਸੇ ਗੱਲ ਦਾ। ਬਸ ਫਿਰ ਇਹ ਕੰਮ ਤੁਹਾਡਾ ਹੋ ਜੂ, ਸਿਰ ਮੱਥੇ ਆ ਸਾਰੀ ਗੱਲ ਮੇਰੀ। ਬਸ ਠੀਕ ਹੈ। ਨਾਲੇ ਸਰਦਾਰ ਸਾਹਿਬ, ਜੇ ਗੁੱਸਾ ਨਾ ਕਰੋ ਤਾਂ ਇੱਕ ਗੱਲ ਕਹਾਂ,
ਮੈਨੂੰ ਤੁਹਾਡੇ ਘਰ ਦਾ ਮਾਹੌਲ ਥੋੜ੍ਹਾ ਜਿਹਾ ਠੀਕ ਨਹੀਂ ਲੱਗਦਾ। ਕਿਵੇਂ? ਕਈ ਵਾਰ ਮੈਂ ਘਰ ਹੀ ਆਇਆ, ਤੁਹਾਡੀ ਗੱਲਬਾਤ ਹੋਰ ਆ, ਪਰ ਜਿਹੜੇ ਬੱਚੇ ਆ ਨਾ ਉਹਨਾਂ ਦਾ ਮਤਾ ਹੋਰ ਆ ਜੀ। ਕੀ ਦੱਸਾਂ ਯਾਰ ਹੁਣ ਤੈਨੂੰ ਮੈਂ? ਨਾ ਨਾ ਦੱਸੋ, ਆਪਣੀ ਘਰ ਦੀ ਗੱਲ ਹੀ ਆ, ਖੁੱਲ੍ਹ ਕੇ ਦੱਸੋ ਤੁਸੀਂ ਗੱਲ, ਆਪਾਂ ਬੈਠੇ ਹੀ ਗੱਲਾਂ ਕਰਨ ਨੂੰ ਆ ਦਿਲ ਦੀਆਂ ਇੱਥੇ। ਬਾਕੀ ਤਾਂ ਸਾਰਾ ਕੁਛ ਠੀਕ ਆ ਯਾਰ, ਰੱਬ ਦਾ ਦਿੱਤਾ ਸਾਰਾ ਕੁਛ ਆ ਮੇਰੇ ਕੋਲ, ਕਿਸੇ ਗੱਲ ਦੀ ਕੋਈ ਘਾਟ ਨਹੀਂ, ਚੜ੍ਹਤਾ ਪੂਰੀ। ਪਰ ਜਿਹੜੀ ਗਲਤੀ ਮੈਂ ਕਰ ਬੈਠਾ ਨਾ, ਮੈਨੂੰ ਨਹੀਂ ਕਰਨੀ ਚਾਹੀਦੀ ਸੀ। ਕਿਹੜੀ ਗਲਤੀ ਸਰਦਾਰ ਸਾਹਿਬ? ਮੈਂ ਸਮਝਿਆ ਨਹੀਂ ਕੋਈ ਗੱਲ ਤੁਹਾਡੀ। ਯਾਰ ਉਹ ਛਿੰਦਰ ਨਾਲ ਵਿਆਹ ਕਰਾਉਣ ਵਾਲੀ। ਅੱਛਾ, ਅਸਲ 'ਚ ਛਿੰਦਰ ਮਾਲਕਣ ਨਹੀਂ ਕਰਦੀ, ਉਹ ਨੌਕਰਾਣੀ ਹੁੰਦੀ ਸੀ। ਅੱਛਾ ਜੀ। ਇਸੇ ਜਾਲ 'ਚ ਫਸਿਆ, ਇਸੇ ਜਾਲ 'ਚ ਫਸਿਆ, ਵਿਆਹ ਕਰਵਾ ਬੈਠਾ, ਅੱਧੀ ਜ਼ਮੀਨ ਲਾਡੀ ਦੇ ਨਾਲ ਲਵਾਤੀ, ਅੱਧੀ ਕਾਲੇ ਦੇ, ਅਤੇ ਕਲੇਸ਼ ਅਜੇ ਵੀ ਉੱਥੇ ਦਾ ਉੱਥੇ ਹੈ। ਓਹੋ, ਫਿਰ ਤਾਂ ਤੁਸੀਂ ਹੱਥ ਵੜਾ ਕੇ ਬਹਿ ਗਏ ਆਪਦੇ। ਹੋਰ ਕੀ ਹੈ, ਮੈਂ ਚਾਹੁੰਦਾ ਵੀ ਮੈਂ ਤਾਂ ਜਿਹੜੀ ਗਲਤੀ ਕਰ ਬੈਠਾ ਕਰ ਬੈਠਾ, ਹੁਣ ਅੱਗੇ ਤੋਂ ਇਹ ਗਲਤੀ ਕੋਈ ਹੋਰ ਬੰਦਾ ਨਾ ਕਰੇ ਤਾਂ ਚੰਗੀ ਗੱਲ ਹੈ। ਹੁਣ ਫਿਰ ਤਾਂ ਕਰਕੇ ਮਾਹੌਲ ਖਰਾਬ ਹੁੰਦਾ ਜੀ। ਹਾਂ, ਜਦੋਂ ਤੁਹਾਡੇ ਹੱਥ ਪੱਲੇ ਨਹੀਂ ਰਿਹਾ ਕੁਛ, ਫਿਰ ਤਾਂ ਠੇਡੇ ਵੱਜਣਗੇ ਸਰਦਾਰ ਸਾਹਿਬ ਹੁਣ। ਹੈਂ, ਸਿਆਣਿਆਂ ਨੇ ਕਿਹਾ ਨਾ ਵੀ ਬੰਦੇ ਦੀ ਕਦਰ ਜਿੰਨਾ ਚਿਰ ਉਹਦੇ ਕੋਲ ਜ਼ਮੀਨ ਜਾਇਦਾਦ ਆ ਉਨਾ ਚਿਰ ਹੀ ਹੁੰਦੀ ਆ, ਨਹੀਂ ਤਾਂ ਲਾਲ ਠੇਡੇ ਮਾਰਦੀ ਆ ਉਦੋਂ ਬਾਅਦ। ਹੁਣ ਤੁਸੀਂ ਦੱਸੋ ਫਿਰ ਤੁਹਾਡੇ ਲਈ ਕੀ ਕਰ ਸਕਦੇ ਹਾਂ ਆਪਾਂ? ਮੇਰੇ ਲਈ, ਮੈਨੂੰ ਤਾਂ ਇਹੀ ਹੈ ਵੀ ਜਿਹੜੀ ਨੌਂ ਰਾਣੀ ਆਵੇ ਨਾ, ਬਸ ਉਹ ਬਿਲਕੁਲ ਗਰੀਬ ਘਰ ਦੀ ਹੋਵੇ, ਜਿਹੜੀ ਸੇਵਾ ਕਰੇ, ਕਿਉਂਕਿ ਜਿਹੜੇ ਗਰੀਬ ਘਰਾਂ ਦੀਆਂ ਕੁੜੀਆਂ ਹੁੰਦੀਆਂ ਨਾ, ਉਹਨਾਂ ਦੀ ਜੜ ਫਿਰ ਵੀ ਲੱਗੀ ਹੁੰਦੀ ਹੈ, ਅਤੇ ਜਿਹੜੇ ਅਮੀਰ ਘਰਾਂ ਦੇ ਹੁੰਦੇ ਆ ਨਾ ਛਲਾਰੂ, ਉਹਨਾਂ ਦੀਆਂ ਜੜ੍ਹਾਂ ਤਾਂ ਉੱਤੇ ਪਈਆਂ ਹੁੰਦੀਆਂ, ਖੜ੍ਹਨਾ ਨਹੀਂ ਉਹਨਾਂ ਨੇ ਇੱਥੇ। ਉਹਨਾਂ ਨੇ ਦੁੱਖ ਨਹੀਂ ਨਾ ਦੇਖੇ ਹੁੰਦੇ ਜੀ, ਫਿਰ ਤਕਲੀਫਾਂ ਨਹੀਂ ਦੇਖੀਆਂ ਹੁੰਦੀਆਂ, ਤਾਂ ਕਰਕੇ ਉਹਨਾਂ ਨੂੰ ਐਂ ਹੁੰਦਾ ਵੀ ਸਾਡੇ ਹਿਸਾਬ ਨਾਲ ਹੀ ਚੱਲੇ ਸਾਰਾ ਕੁਛ। ਨਾਲੇ ਕੋਈ ਗੱਲ ਨਹੀਂ ਸਰਦਾਰ ਸਾਹਿਬ, ਤੁਸੀਂ ਹੌਂਸਲਾ ਰੱਖੋ, ਆਪਣੀ ਤੁਹਾਡੇ ਨਾਲ ਆਉਣੀ ਜਾਣੀ ਆ ਸ਼ੁਰੂ ਤੋਂ, ਖਾਧਾ ਪੀਤਾ ਬਹਿ ਕੇ ਤੁਹਾਡਾ ਨਮਕ ਖਾਧਾ, ਜਿਵੇਂ ਤੁਹਾਡੇ ਨਾਲ ਹੋਇਆ ਆਪਾਂ ਉਵੇਂ ਛਿੰਦਰ ਨਾਲ ਕਰਨੀ ਕਰਨੀ ਆ, ਫਿਰ ਇਹ ਮੇਰਾ ਤੁਹਾਡੇ ਨਾਲ ਵਾਅਦਾ ਰਿਹਾ। ਹੋਜੂ ਇਸ ਤਰ੍ਹਾਂ? ਮੈਂ ਕਰਕੇ ਦਿਖਾਊਂ ਜੀ, ਜੇ ਤੁਸੀਂ ਮੇਰੇ 'ਤੇ ਯਕੀਨ ਕਰਦੇ ਹੋ ਫਿਰ ਤੁਹਾਡਾ ਮੈਂ ਯਕੀਨ ਤੋੜ ਹੀ ਨਹੀਂ ਸਕਦਾ, ਤੁਹਾਡੇ ਅੱਖਾਂ ਦੇ ਸਾਹਮਣੇ ਹੁੰਦਾ ਦਿਖਾਊਂ ਸਾਰਾ ਕੁਛ। ਜੇ ਇਸ ਤਰ੍ਹਾਂ ਹੋ ਜਾਏ ਨਾ, ਬਸ ਮੇਰੀ ਆਤਮਾ ਨੂੰ ਚੈਨ ਆ ਜਾਏ ਇੱਕ ਵਾਰੀ। ਜਦੋਂ ਤੁਹਾਡੇ ਨਾਲ ਖੜਿਆ ਜੀ, ਮੋਢੇ ਨਾਲ ਮੋਢਾ ਲਾ ਕੇ, ਤੁਹਾਡੀਆਂ ਅੱਖਾਂ ਇੱਕ ਦਿਨ ਠੰਡੀਆਂ ਕਰਕੇ ਦਿਖਾਊਂਗਾ, ਮੈਂ ਦਿਖਾਊਂਗਾ ਤੁਹਾਡੇ ਨਾਲ, ਦੇਖਿਓ। ਅੱਛਾ, ਹਾਂਜੀ, ਸ਼ਾਬਾਸ਼ ਯਾਰ, ਯਾਰ, ਕਿਉਂਕਿ ਆਪਣਾ ਅੱਜ ਦਾ ਨਹੀਂ, ਆਪਣਾ 2-3 ਪੀੜ੍ਹੀਆਂ ਦਾ ਬਾਅਦ ਜੀ, ਤਾਂ ਕਰਕੇ ਮੇਰਾ ਵੀ ਕਾਲਜਾ ਮੱਚਾ ਤੁਹਾਨੂੰ ਇਹ ਮਾਹੌਲ 'ਚ ਦੇਖ ਕੇ, ਅਤੇ ਤੁਸੀਂ ਘਬਰਾਓ ਨਾ, ਤੁਸੀਂ ਹੌਂਸਲਾ ਰੱਖੋ, ਇਹ ਟਾਈਮ ਆ ਇਹ ਆਟੋਮੈਟਿਕ ਹੀ ਮੂਹਰੇ ਆ ਜਾਣਾ, ਜਿਵੇਂ ਆਪਾਂ ਕਰਾਂਗੇ ਉਵੇਂ ਭਰਾਂਗੇ। ਅਤੇ ਇੱਕ ਗੱਲ ਹੋਰ, ਜਿਹੜੀ ਅਸਲ ਸਧਾਰਨੀ ਸੀ ਨਾ ਮਹਿੰਦਰ ਕੌਰ, ਉਹਨੂੰ ਮਾਰਨ ਦੇ ਵਿੱਚ ਵੀ ਛਿੰਦਰ ਦਾ ਹੱਥ ਹੈ, ਠੀਕ ਹੈ? ਦੂਜੀ ਗੱਲ, 3 ਹਿੱਸੇ ਕਰਦੇ ਸੀ ਮੈਂ ਜ਼ਮੀਨ ਦੇ, 1 ਹਿੱਸਾ ਕਾਲੇ ਨੂੰ ਦੇਤਾ, 1 ਹਿੱਸਾ ਲਾੜੀ ਨੂੰ ਦੇਤਾ, 3 ਹਿੱਸਾ ਮੈਂ ਰੱਖ ਲਿਆ। ਅਤੇ ਮੈਥੋਂ ਦਾਰੂ ਦੇ ਨਸ਼ੇ ਵਿੱਚ ਛਿੰਦਰ ਨੇ ਉਹ ਵੀ ਆਪਦੇ ਨਾਲ ਕਰਵਾ ਲਈ। ਅਤੇ ਹੁਣ ਜਿਹੜੀ ਤੂੰ ਕਹਿੰਦਾ ਵੀ ਮੈਂ ਛਿੰਦਰ ਤੋਂ ਇਹ ਬਦਲਾ ਲੈ ਕੇ ਹਟੂੰਗਾ, ਅਤੇ ਜੇ ਇਸ ਤਰ੍ਹਾਂ ਹੋ ਜਾਏ ਨਾ, ਮੇਰੇ ਮਨ ਨੂੰ ਸ਼ਾਂਤੀ ਮਿਲ ਜੇ। ਉਹ ਸਰਦਾਰ ਜੀ, ਮੈਨੂੰ ਤਾਂ ਇਹ ਗੱਲਾਂ ਦਾ ਪਤਾ ਹੀ ਨਹੀਂ ਸੀ, ਮੈਨੂੰ ਨਹੀਂ ਸੀ ਪਤਾ ਵੀ ਤੁਸੀਂ ਉੱਤੋਂ ਤਾਂ ਇੰਨੇ ਖੁਸ਼ ਹੋ ਅਤੇ ਅੰਦਰੋਂ ਐਡਾ ਦੁੱਖਾਂ ਦਾ ਪਹਾੜ ਲਈ ਬੈਠੇ ਹੋ ਆਪਦੇ ਅੰਦਰ। ਮੈਂ ਜੋ ਤੁਹਾਡੇ ਨਾਲ ਜਵਾਨ ਹੀ ਕਰਤੀ, ਅਤੇ ਮੈਂ ਤੁਹਾਡਾ ਸਾਥ ਦਿਉਂ ਅਤੇ ਛਿੰਦਰ ਨੂੰ ਸਭ ਕੁਛ ਸਿਖਾ ਕੇ ਹਟਾਂਗੇ ਆਪਾਂ। ਬਸ ਠੀਕ ਹੈ,
ਜੇ ਮੇਰੇ ਜਿਉਂਦੇ ਜਿਉਂਦੇ ਜੀ ਸ਼ਿੰਦਰ ਨੂੰ ਇਹ ਸਬਕ ਮਿਲ ਜੇ ਤਾਂ ਮੈਂ ਜਵਾਨ ਕਰਦਾ ਤੇਰੇ ਨਾਲ ਕਿ ਮੈਂ ਤੂੰ ਜੋ ਮੂੰਹ ਮੰਗੇਗਾ ਤੈਨੂੰ ਉਹ ਕੁਛ ਹੀ ਮਿਲੂਗਾ। ਸਰਦਾਰ ਜੀ ਮੈਨੂੰ ਤਾਂ ਤੁਹਾਡੇ ਮੂੰਹ ਦੀ ਲੋੜ ਆ, ਨਾਲੇ ਸਾਡੇ ਬਜ਼ੁਰਗਾਂ ਨੇ ਤੁਹਾਡਾ ਹੁਣ ਤੱਕ ਨਮਕ ਖਾਧਾ, ਮੈਂ ਤਾਂ ਉਹ ਨਮਕ ਦਾ ਮੁੱਲ ਮੋੜਦਿਆਂ ਇੰਨਾ ਹੀ ਬਹੁਤ ਆ। ਚਲੋ ਇਹ ਗੱਲਾਂ ਛੱਡੋ, ਹੁਣ ਆਪਾਂ ਕਰਕੇ ਦਿਖਾਉਣਾ ਤਾਂ ਕਰਕੇ ਦਿਖਾਉਣਾ। ਚਲੋ ਆ ਜਾਓ ਤੁਸੀਂ, ਪੈਗ ਲਾਓ। ਚੱਲ ਲਾ ਫਿਰ ਸ਼ੇਰਾ ਪੈਗ ਲਾ। ਬਸ 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 ਨਾ ਕਿਹੜਾ ਵੇਲਾ ਹੋ ਗਿਆ ਮੈਨੂੰ ਅੰਦਰ ਗਏ ਨੂੰ, ਤੂੰ ਹਜੇ ਇੱਥੇ ਬੈਠੀ ਆ, ਅੰਦਰ ਨਹੀਂ ਆ ਸਕਦੀ ਸੀ? ਉਹ ਬਸ ਜੀ ਕਬੀਲਦਾਰੀ ਦੀ ਗੱਲਾਂ ਕਰਨ ਲੱਗ ਗਏ ਸੀ, ਭਾਬੀ ਨਾਲ ਹੀ ਗੱਲ ਕਰਦੀ ਸੀ ਮੈਂ, ਕੌਣ ਨੇ ਕਿੱਥੋਂ ਨੇ। ਅੱਛਾ ਹੋ ਗਈਆਂ ਗੱਲਾਂ? ਹਾਂਜੀ। ਚੱਲ ਅੰਦਰ, ਜਵਾਕ ਨੂੰ ਚੱਕੀ ਬੈਠੀ ਆ ਇੱਥੇ, ਚਾਹ ਬਣਾ ਕੇ ਭੇਜ ਬਾਹਰ। ਹਾਂਜੀ। ਨਾ ਮੈਂ ਤੈਨੂੰ ਕੀ ਸਮਝਾਇਆ ਸੀ ਉਸ ਦਿਨ, ਤੇਰੇ ਦਿਮਾਗ ਚ ਪੱਲੇ ਨੀ ਪੈਂਦੀ ਇੱਕ ਵਾਰੀ ਗੱਲ, ਨਾ ਫਿਰ ਤੂੰ ਕਿਹੜੇ ਮੇਰੀ ਗੱਲ ਸੁਣ ਲਈ। ਤਾਂ ਤੂੰ ਆਪਣੀ ਗੱਲ ਉੱਥੇ ਦੱਸ ਕੇ ਕਰ ਕੀ ਲਿਆ? ਮੈਂ ਤੈਨੂੰ ਕੀ ਕਿਹਾ ਸੀ ਵੀ ਤੇਰੀ ਗੱਲਾਂ ਤੇ ਕੋਈ ਯਕੀਨ ਨਹੀਂ ਕਰਦਾ, ਤੇ ਗੱਲ ਵੀ ਉਹੀ ਹੋਈ। ਉਹ ਕਹਿੰਦੇ ਮੈਨੂੰ ਪਤਾ ਲੱਗ ਗਿਆ ਵੀ ਕੀ ਗੱਲ ਆ ਕੀ ਨਹੀਂ, ਮਨਿੰਦਰ ਝੂਠ ਬੋਲਦੀ ਆ। ਹੁਣ ਦੱਸ ਕੀ ਕਰੇਂਗੀ? ਮਾੜੀ ਕਿਸਮਤੀ ਮੇਰੀ ਆ ਜਿਹੜਾ ਕੋਈ ਮੇਰੇ ਤੇ ਯਕੀਨ ਨਹੀਂ ਕਰਦਾ, ਪਰ ਕੋਈ ਨਾ ਇੱਕ ਦਿਨ ਇਹਨਾਂ ਵੀ ਅਕਲ ਆ ਹੀ ਜਾਊ ਜਦੋਂ ਆਪਦੀ ਅੱਖੀ ਸੱਚ ਦੇਖਣਗੇ। ਅੱਛਾ ਆਪਣੀ ਅਕਲ ਨਾ ਆਪਦੇ ਕੋਲ ਰੱਖ, ਜੇ ਮੈਂ ਤੇਰੇ ਤੇ ਇਲਜ਼ਾਮ ਲਾਉਣ ਆਈ ਨਾ ਦੇਖੀ ਤੇਰਾ ਬਣਦਾ ਕੀ ਹੈ। ਮੈਂ ਤਾਂ ਤੇਰੇ ਕਰਕੇ ਚੁੱਪ ਹਾਂ ਵੀ ਬੇਚਾਰੀ ਗਰੀਬਣੀ ਆ, ਕਿੱਧਰ ਜਾਊਗੀ ਕਿੱਧਰ ਨਹੀਂ। ਪਰ ਨਹੀਂ ਤੈਨੂੰ ਸਮਝ ਨਹੀਂ ਆਉਂਦੀ ਨਾ, ਹਜੇ ਕਸਰ ਆ ਕੋਈ, ਕਿੰਨੀਆਂ ਤਾਂ ਕਰਤੀਆਂ ਮੇਰੇ ਨਾਲ, ਮੇਰੇ ਤੋਂ ਮੇਰਾ ਜਵਾਕ ਖੋਲਿਆ, ਇਸ ਤੋਂ ਜ਼ਿਆਦਾ ਕੀ ਮੇਰੇ ਨਾਲ ਕਰੇਂਗੀ ਤੂੰ? ਹਜੇ ਤਾਂ ਹੋਰ ਹੋਣਗੀਆਂ, ਡਰਦੀ ਕਿਉਂ ਆ? ਹੌਸਲਾ ਰੱਖ, ਮੈਂ ਤੈਨੂੰ ਕਿਹਾ ਸੀ ਨਾ ਚੁੱਪ ਰਹੀ ਚੁੱਪ ਰਹੀ, ਪਰ ਮੰਨੀ ਨਹੀਂ ਤੂੰ। ਹੁਣ ਦੇਖੀ ਮੈਂ ਕੀ ਕਰਾਂਗੀ। ਕੀ ਕਰ? ਨਾਲੇ ਤੇਰੀ ਕੁੜੀਆਂ ਜਾਣਗੀਆਂ, ਨਾਲੇ ਇਸ ਘਰੋਂ ਤੂੰ ਜਾਏਂਗੀ। ਬੁਲਬੁਲ ਝੂਠ ਨਾ ਬਾਰਾ ਟਾਈਮ ਛੁਪਦਾ ਨਹੀਂ ਹੁੰਦਾ, ਇੱਕ ਦਿਨ ਸਾਹਮਣੇ ਆ ਹੀ ਜਾਂਦਾ। ਹਜੇ ਵੀ ਸੰਭਲ ਜਾ, ਚੰਗੀ ਰਹੇਗੀ, ਜੇ ਇਹਨਾਂ ਨੂੰ ਪਤਾ ਲੱਗ ਗਿਆ ਨਾ ਤੇ ਤੇਰੇ ਨਾਲ ਬਹੁਤ ਭੈੜੀ ਹੋਊਗੀ। ਅੱਛਾ ਭੈੜੀ ਮੇਰੇ ਨਾਲ ਹੋਊਗੀ? ਭੈੜੀ ਤਾਂ ਹੁਣ ਤੇਰੇ ਨਾਲ ਹੋਊਗੀ, ਨਾਲੇ ਉਹ ਬਹੁਤੀਆਂ ਮੱਤਾਂ ਨਾ ਮੈਨੂੰ ਨਾ ਦਿਆ ਕਰ, ਤੇਰੇ ਨਾਲ ਉਹ ਵੱਧ ਪੜ੍ਹੀ ਲਿਖੀ ਆ। ਹੁਣ ਦੇਖੀ ਤੇਰਾ ਬਣਦਾ ਕੀ ਹੈ, ਨਾਲੇ ਤੈਨੂੰ ਪਤਾ ਲੱਗ ਜੂ ਬੁਲਬੁਲ ਚੀਜ਼ ਕੀ ਹੈ। ਮੈਨੂੰ ਤਾਂ ਕੀ ਦੱਸੇਂਗੀ, ਮੇਰੇ ਤਾਂ ਰੱਬ ਹੀ ਵੈਰੀ ਬਣਿਆ ਹੋਇਆ, ਇਸ ਤੋਂ ਵੱਧ ਮੇਰੇ ਨਾਲ ਕੀ ਹੋਣਗੀਆਂ ਜਦੋਂ ਕੋਈ ਮੇਰੇ ਤੇ ਯਕੀਨ ਹੀ ਨਹੀਂ ਕਰਦਾ। ਫਿਰ ਤੂੰ ਆਪਦੀ ਮਾੜੀ ਆਪ ਕਰਾਉਂਦੀ ਆ ਤੇ ਇੱਥੋਂ ਚੁੱਪ ਨਹੀਂ ਰਿਹਾ ਜਾਂਦਾ? ਜਿਹੜੇ ਦੋ ਦਿਨ ਹੱਸ ਕੇ ਇੱਥੇ ਖੇਡਣੇ ਨੇ ਨਾ, ਖੇਡ ਲਾ, ਆਹੀ ਦਿਨ ਨੇ ਤੇਰੇ। ਮੈਂ ਨਹੀਂ ਚਾਹੁੰਦੀ ਵੀ ਮੈਂ ਤੈਨੂੰ ਇਸ ਘਰੋਂ ਬਾਹਰ ਕੱਢਾਂ, ਕਿੱਥੇ ਜਾਏਂਗੀ ਕਿੱਥੇ ਰਹੇਂਗੀ, ਪਰ ਤੈਨੂੰ ਸਮਝ ਨਹੀਂ ਆਉਂਦੀ, ਇਹ ਤਾਂ ਮੈਨੂੰ ਹੁਣ ਕਰਨਾ ਹੀ ਪੈਣਾ। ਪਾਣੀ ਹੁਣ ਸਿਰੋਂ ਤੋਂ ਲੰਘ ਚੁੱਕਾ। ਉਹ ਤਾਂ ਦਿਸ ਹੀ ਜਾਂਦਾ ਵੀ ਸਿਰ ਤੋਂ ਪਾਣੀ ਲੰਘ ਗਿਆ, ਹੁਣ ਤਾਂ ਬਸ ਇਸ ਘਰ 'ਚ ਉਜਾੜ ਹੀ ਆਊਗਾ, ਹੋਰ ਕੁਛ ਨਹੀਂ।
ਕੋਈ ਮੇਰਾ ਯਕੀਨ ਨਹੀਂ ਕਰ ਰਿਹਾ, ਪਰ ਇਹ ਸਾਰਾ ਘਰ ਸੀਰੀ ਲੁਟਾਊਗੀ, ਜਮਾਂ ਬੇਇੱਜ਼ਤੀ ਕਰਾ ਦੂਗੀ ਸਾਰੇ ਪਿੰਡ ਵਿੱਚ। ਪਤਾ ਨਹੀਂ ਕਿਉਂ ਨਹੀਂ ਕੋਈ ਮੇਰੀ ਗੱਲ ਸੁਣਦਾ। ਕੀ ਯਾਰ, ਆਹ ਫੀਟਰ ਨੂੰ ਭੈੜਾ ਟਰੈਕਟਰ ਦੇ ਤਾ ਮੈਨੂੰ, ਕਿੱਥੇ ਜੌਂਡੀਅਰ ਚਲਾਉਂਦਾ ਹੁੰਦਾ ਸੀ। ਠਿੱਪ 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 ਬੱਖੀਆਂ ਦੋਹਾਂ ਲਾਤੀਆਂ, ਕੀ ਪਾਪੜ ਵੇਲਣੇ ਪੈ ਰਹੇ ਆ ਯਾਰ। ਪਿਆਰ ਵੀ ਕਰੇ ਨਾ ਉਹ ਕਿਸੇ ਨੂੰ, ਬਸ ਆਹ ਤੇਲ ਜਾ ਕੇ ਮੈਂ ਕੱਢੀ ਹੁੰਦੀ ਆ। ਸ਼ਰਮ ਹੈ ਤੈਨੂੰ? ਕੀ ਗੱਲ ਹੋ ਗਈ ਸਰਦਾਰ ਸਾਹਿਬ, ਕਿਹੜਾ ਵੇਲਾ ਹੋਇਆ ਕੱਖਾਂ ਨੂੰ, ਤੜਕੇ ਦਾ ਗਿਆ ਤੂੰ, ਪਸ਼ੂ ਭੁੱਖੇ ਡਿੱਗੀ ਜਾਂਦੇ ਖੁਰਨੀਆਂ 'ਚ। ਓਏ ਸਰਦਾਰ ਸਾਹਿਬ, ਉਹ ਤਾਂ ਗਾਂਗਾਂ ਨੂੰ ਮੂੰਹ ਖੁਰ ਦੀ ਬਿਮਾਰੀ ਜਿਹੀ ਹੋਈ ਖੜੀ ਆ, ਖਾ ਤਾਂ ਰਹੇ ਨਹੀਂ ਕੁਛ, ਉਨੀ ਤੂੜੀ ਪਈ ਆ ਮੂਹਰੇ ਜਿੰਨੀ ਸਵੇਰੇ ਪਾ ਕੇ ਗਿਆ ਸੀ। ਓਏ ਰਾਤ ਦੀ ਗਲਤੀ ਨਹੀਂ ਮੰਨਦਾ ਤੂੰ, ਜਦੋਂ ਮੈਂ ਤੈਨੂੰ ਕਹੀ ਨਾ ਤੜਕੇ ਦਾ ਗਿਆ ਟਰੈਕਟਰ ਜਾ ਲੈ ਕੇ, ਹੁਣ ਆਇਆ ਤੂੰ ਦੁਪਹਿਰੇ 2 ਵਜੇ ਯਾਰ। ਉਹ ਟਰੈਕਟਰ ਕਿਹੜਾ ਹੈ ਹਿੰਦੁਸਤਾਨਾ ਸਰਦਾਰ ਸਾਹਿਬ, ਮੈਨੂੰ ਆਇਆ ਰਾਹ 'ਚ ਨਾ ਖੁੱਲ੍ਹ ਜੇ ਟੋਕਰਾਂ 'ਚ ਪਾ ਕੇ ਲਿਆਉਣਾ, ਆਪੂ ਹੌਲੀ ਹੌਲੀ ਲੈ ਕੇ ਜਾਂਦਾ, ਹੌਲੀ ਹੌਲੀ ਆਉਣਾ। ਕਮਾਲ ਕਰਦਾ ਤੂੰ, ਗੱਲ ਤੇ ਨਹੀਂ ਆਉਂਦਾ ਨਾ, ਤੂੰ ਫੋਨ ਚੱਕਦਾ ਤੜਕੇ ਦਾ, ਤੈਨੂੰ ਮੈਂ ਫੋਨ ਲਈ ਜਾਂਦਾ ਕਾਹਦੇ ਵਾਸਤੇ ਰੱਖਿਆ ਫੋਨ? ਉਹ ਫੋਨ ਹੁਣ ਸਾਈਡ ਤੇ ਰੱਖ ਦਿੰਦਾ ਵਾ, ਗਰਮੀ ਵਾਲੀ ਆ, ਪਸੀਨਾ ਜਿਹਾ ਪਈ ਜਾਂਦਾ ਰਹਿੰਦਾ ਵਿੱਚ। ਆਹਾ ਓਏ ਆਈਫੋਨ, ਉਹ ਤਾਂ ਤੂੰ ਭੁੱਖਾ ਮਰਦਾ ਸੀ, ਰੋਟੀ ਖਾਣ ਨੂੰ ਤੇਰੇ ਕੋਲ ਪੈਸੇ ਹੈ ਨਹੀਂ ਸੀ, ਕੰਮ ਤੈਨੂੰ ਕੋਈ ਦਿੰਦਾ ਨਹੀਂ ਸੀ, ਆਈਫੋਨ ਕਿੱਧਰੋਂ ਲੈ ਲਿਆ ਤੂੰ? ਓਏ ਮੈਨੂੰ ਨਹੀਂ ਸਰਦਾਰ ਜੀ ਪਤਾ ਹੈ ਆਈਫੋਨ ਆ ਕੇ ਕਿਹੜਾ, ਮੈਨੂੰ ਤਾਂ ਇੰਨਾ ਪਤਾ ਵੀ ਫੋਨ ਆ ਇਹ, ਬਸ ਮੈਂ ਗੱਲ ਕਰ ਲੈਂਦਾ ਘਰੇ ਘੁਰੇ ਦੇ ਨਾਲ। ਤੈਨੂੰ ਪਤਾ ਕਿੰਨਾ ਮਹਿੰਗਾ ਫੋਨ ਆ ਇਹ? ਉਹ ਮੇਰੀ ਫਰੈਂਡ ਨੇ ਦਿੱਤਾ, ਤਾਂ ਗਿਫਟ ਸੀ। ਚੋਰੀ ਚਾਰੀ ਤਾਂ ਨਹੀਂ ਕਰਕੇ ਲੈ ਗਏ ਤੂੰ? ਫਰੈਂਡ ਕਿਹੜੀ ਹੋ ਗਈ ਤੇਰੀ, ਓਏ ਮੂੰਹ ਦੇਖਿਆ ਆਦਾ ਫਰੈਂਡ ਵਾਲਾ? ਓਏ ਨਹੀਂ ਨਹੀਂ, ਤਾਂ ਸਾਰਿਆਂ ਦੀਆਂ ਹੁੰਦੀਆਂ ਫਰੈਂਡਾਂ ਤਾਂ ਹੀ, ਜੇ ਤੁਸੀਂ ਵੱਡੇ ਹੋ ਫਿਰ ਐਂ ਥੋੜਾ ਹੁੰਦਾ ਵੀ ਸਾਡਾ ਫਰੈਂਡ ਨਹੀਂ ਕੋਈ ਗਰੀਬਾਂ ਦਾ। ਬਸ ਲੱਗ ਗਈ ਗੱਲ ਮੈਨੂੰ ਸਮਝ, ਆ ਫੋਨ ਜਾਣਾ ਘਰੇ ਰੱਖ ਕੇ ਕਰ, ਜਾਂ ਬਾਲੇ 'ਚ ਰੱਖ ਜਾ ਕਰ, ਮੇਰੀ ਗੱਲ ਸੁਣ ਲਾ, ਉੱਥੇ ਜਾ ਵੜਦਾ ਜਾ ਕੇ ਉੱਥੇ ਫੋਨ ਲਾ ਕੇ ਬਹਿ ਜਾਂਦਾ ਆਪਦੀ ਫਰੈਂਡ ਜੀ ਨੂੰ। ਓਏ ਐਂ ਥੋੜਾ ਮੈਂ ਕੰਮ ਧੰਦੇ 'ਚ ਨਹੀਂ ਸਰਦਾਰ ਸਾਹਿਬ ਗੱਲ ਕਰਦਾ ਹੁੰਦਾ, ਤੇ ਹੋਰ ਵੀ ਕੰਮ ਦੇਖਿਆ ਕਰ, ਕਿੰਨੇ ਪਏ ਆ, ਤੂੰ ਤਾਂ ਜਮਾਂ ਹੀ ਇੱਕ ਕੰਮ 'ਤੇ ਹੋ ਗਿਆ ਯਾਰ, ਦੇਖ ਲਾ ਮੇਰੀ ਗੱਲ ਸੁਣ, ਤਨਖਾਹ ਘੱਟ ਲੈਣੀ ਆ ਮੈਂ ਤੇਰੀ। ਓਏ ਤਨਖਾਹ ਜੇ ਤੁਸੀਂ ਬਿਨਾਂ ਗੱਲ ਤੋਂ ਕੱਟੀ ਜਾਣੀ ਹੈ ਤਾਂ ਕੱਟੀ ਜਾਓ, ਹੁਣ ਮੈਂ ਦੱਸੋ ਇੱਥੇ ਹੱਡ ਤਾਂ ਭਾਵੇਂ ਦੇ ਦਿਆਂ ਆਪਦੇ ਜਿਹੜੇ ਕੰਮ ਆ ਪਸ਼ੂ ਸਾਂਭੀ ਨਾ। ਗੱਲਾਂ ਬਾਅਦ ਕਰੀ, ਠੀਕ ਹੈ, ਮੇਰੀ ਗੱਲ ਸੁਣ ਲਾ, ਮੈਂ ਤੇਰੀ ਗੱਲ ਸੁਣਨ ਵਾਸਤੇ ਨਹੀਂ ਆਇਆ, ਆਹ ਲਾਹ ਸਾਰੇ ਕੱਖ ਜੇ ਇੱਥੇ ਤੇ ਕੁਦਰ ਕੇ ਇਹਨਾਂ ਨੂੰ ਪਾਵਾਂ ਹਿੱਸਾ ਨੂੰ। ਓਏ ਨਾਲੇ ਆ ਫੀਟਰ ਜਾਣੀ ਸਟਾਰਟ ਹੁੰਦਾ ਸੀ, ਤੁਸੀਂ ਮੌਕੇ ਤੇ ਆ ਕੇ ਤੁਹਾਨੂੰ ਦੱਸਦਾ ਮੈਂ, ਮਿਸਤਰੀ ਸੱਦ ਕੇ ਤਾਂ ਕਰਾ ਦਿਓ ਕੰਮ, ਹੱਥਾਂ ਨਾਲ ਕੁਦਰਨੇ ਪੈਂਦੇ ਆ। ਉਹ ਫਿਰ ਤੂੰ ਪਿੰਡ ਭੁੱਲ ਆਏਗਾ, ਮਿਸਤਰੀ ਨੂੰ ਸੱਦ ਲਿਆ। ਓਏ ਮੇਰੇ ਕਹਿਣ ਤੇ ਕੌਣ ਆਊਗਾ ਜੀ, ਨਵਾਂ ਬੰਦਾ ਗਾ ਮੈਂ, ਹਾਏ ਦੇਖੋ ਤੁਸੀਂ ਵੀ ਝੇਡਾਂ ਕਰਦੇ ਹੋ। ਲਾ ਉਹਨੇ ਕੋਈ ਨਹੀਂ ਆਉਂਦਾ ਮਿਸਤਰੀ, ਮੈਂ ਬੁਲਾਉਣਾ ਉਹਨੂੰ। ਬੁਲਾਓ ਮਿਸਤਰੀ ਨੂੰ। ਹੋਰ ਕੀ ਆ ਯਾਰ, ਬਕਵਾਸ ਮਾਰੀ ਜਾਣਾ ਦੇਣਾ ਆ ਵਿੱਚੇ, ਤੈਨੂੰ ਖਵਾਉਂ ਚੂਰੀ ਪਸ਼ੂ ਤਾਂ ਜਿੱਥੇ ਮਰਜ਼ੀ ਰਹਿ ਗਏ। ਹਾਂਜੀ ਗਏ ਸਰਦਾਰ ਜੀ, ਪਤਾ ਨਹੀਂ ਇੱਕ ਵਾਰੀ ਤਾਂ ਤੁਹਾਨੂੰ ਨਿਕਲ ਗਿਆ ਕਹਿੰਦਾ ਮਿਸਤਰੀ ਨੂੰ ਲੈ ਕੇ ਆਉਣਾ, ਕੀ ਗੱਲ ਪਈ ਜਾਂਦਾ ਬਿਨਾਂ ਗੱਲ ਤੋਂ ਯਾਰ, ਆਹ ਦੇਖ ਲੈ ਕੱਖ ਸੁੱਕੇ ਪਏ, ਉੱਥੇ ਮੋਟਰ ਨਹੀਂ ਸੀ ਕਰਾਉਂਦੇ, ਲਾਈਨ ਨਹੀਂ ਦੇ ਨਹੀਂ, ਹੁਣ ਮੈਂ ਦੱਸੋ ਇੱਥੋਂ ਕੀ ਕਰਦੇ ਹਾਂ ਹਰਾ। ਓਹੋ ਇਹਨਾਂ ਦੀ ਤਾਂ ਬੋਲਣ ਦੀ ਆਦਤ ਆ, ਉਹੀ ਨਾ ਗੁੱਸਾ ਕਰੀ ਆਇਆ ਕਰੋ। ਉਹ ਯਾਰ ਗੁੱਸਾ ਆਉਂਦੇ ਆ, ਇਹੋ ਜਿਹਾ ਕੰਮ ਤਾਂ ਯਾਰ ਮੈਂ ਜੰਮ ਕੇ ਜੱਦੀ ਪੁਸ਼ਤੀ ਨਹੀਂ ਕੀਤਾ ਸਾਡੇ ਕਿਸੇ ਨੇ, ਜਿਹੜਾ ਮੈਂ ਇੱਥੇ ਕਰੀ ਜਾਂਦਾ ਤੇਰੇ ਕਰਕੇ ਉਹ ਵੀ। ਚਲੋ ਸੌ ਸੌ ਕੁਛ ਸੁਣਨਾ ਪੈ ਰਿਹਾ। ਕੋਈ ਨਾ, ਇੰਨਾ ਕੁ ਤਾਂ ਜਾ ਰਹੀ ਸਕਦੇ ਹੋ ਤੁਸੀਂ, ਨਾਲੇ ਉਹਨਾਂ ਦੀ ਅੱਖਾਂ ਮੂਹਰੇ ਤਾਂ ਤੁਸੀਂ ਸੀਰੀਓ ਲੱਗੇ ਹੋ, ਤਾਂ ਹੀ ਤਾਂ ਤੁਹਾਨੂੰ ਬੋਲਦੇ ਨੇ ਉਹ, ਹੁਣ ਆਪਣੇ ਹਿਸਾਬ ਨਾਲ ਤਾਂ ਉਹਨਾਂ ਨੇ ਕੰਮ ਕਰਾਉਣਾ ਹੀ ਹੈ। ਓਏ ਹਾਂ ਮੈਂ ਤਾਂ ਹੀ ਨਹੀਂ ਬੋਲਦਾ, ਜੇ ਤੇਰੇ ਕਰਕੇ ਇੱਥੇ ਨਾ ਮੂਹਰੇ ਕਾਣਾ ਹੋਇਆ ਵਾ, ਨਹੀਂ ਤਾਂ ਹਜੇ ਮੈਂ ਧਰਤੀ 'ਚ ਦੱਬ ਲਿਆ। ਉਹ ਬਸ ਕਰ, ਵੱਡਾ ਵੈਲੀ ਬਣਿਆ ਫਿਰਦਾ, ਐਵੇਂ ਨਾ ਕੋਈ ਗੱਲ ਕਰਕੇ ਨਾ ਸਾਰੀ ਗੱਲ ਵਿਗਾੜ ਦੀ। ਓਏ ਬੈਲਪਣਾ ਤਾਂ ਤੂੰ ਮੇਰਾ ਦੇਖਿਆ ਬਈਆ, ਇਹ ਤਾਂ ਤੇਰੇ ਕਰਕੇ ਠੰਡਾ ਇੱਥੇ ਮੈਂ, ਆ ਜਾ ਮੜਾ ਛਾਵੇਂ ਹੋਣ ਲਈ। ਦੂਜੀ ਗੱਲ, ਜਿਵੇਂ ਇੱਥੇ ਮੈਨੂੰ ਹੁਣ ਬੋਲ ਕੇ ਗਿਆ ਤੇਰੇ ਜਿਹੜਾ ਸਰਦਾਰ ਜਿਹਾ ਘਰੇ ਵੱਡਾ ਹੋਊਗਾ ਇਹ, ਮੈਂ ਟੋਕਰੇ 'ਚ ਵੀ ਪਾ ਦੂੰ ਵੱਢ ਕੇ। ਉਹ ਬਸ ਕਰੋ ਜੀ ਤੁਸੀਂ, ਕਿਉਂ ਗੁੱਸਾ ਕਰੀ ਜਾਂਦੇ ਹੋ? ਇਹ ਗੱਲ ਸੁਣ, ਮੈਂ ਤਾਂ ਜਾਣਾ ਸਾਰਾ ਕੁਝ ਛੱਡ ਕੇ, ਠੀਕ ਹੈ ਨਾ, ਤੇਰਾ ਘਰ ਆ, ਤੇਰੀ ਹਵੇਲੀ ਆ, ਜੋ ਮਰਜ਼ੀ ਕਰ, ਐਸ਼ ਕਰ। ਮੇਰੀ ਗੱਲ ਸੁਣ ਲਓ, ਪਹਿਲੇ ਤਾਂ ਮੈਂ ਇਕੱਲੀ ਸੀ, ਹੁਣ ਮੇਰੇ ਢਿੱਡ 'ਚ ਨਾ ਤੁਹਾਡਾ ਹੀ ਜਵਾਕ ਹੈ, ਤੁਸੀਂ ਸਾਨੂੰ ਦੋਨਾਂ ਨੂੰ ਧੋਖਾ ਦੇ ਕੇ ਜਾ ਰਹੇ ਹੋ। ਓਏ ਐਂ ਤਾਂ ਮੈਨੂੰ ਪਤਾ ਜਵਾਕ ਤਾਂ ਮੇਰਾ ਹੈਗਾ, ਮੈਂ ਤੈਨੂੰ ਐਂ ਕਹਿਣਾ ਮਾੜਾ ਜਿਹਾ ਪੜਦਾ ਰੱਖਿਆ ਕਰ, ਕਿਸੇ ਕੋਲੇ ਸੂਹ ਹੋਣਾ ਕਰਦੀ, ਮਨਿੰਦਰ ਅਰਗੀ ਕੋਲੇ ਅੱਜ ਕੱਲ੍ਹ DNA ਹੋ ਜਾਂਦਾ, ਮੁੜ ਕੇ ਕੱਲ੍ਹ ਨੂੰ ਦੇਣੀ ਆ ਜੇ ਗੱਲ। ਓਹੋ ਕਿਤੇ ਨਹੀਂ ਕੁਛ ਹੁੰਦਾ, ਉਹੀ ਤੁਸੀਂ ਟੈਨਸ਼ਨ ਲੈ ਕੇ ਬੈਠੇ ਹੋ, ਉਹਨਾਂ ਦੇ ਭਾਅ ਦੇ ਤਾਂ ਐਵੇਂ ਹੀ ਹੈ ਵੀ ਸਰਦਾਰ ਦਾ ਜਵਾਕ ਹੈ।
ਓਏ ਐਂ ਤਾਂ ਹੈਗਾ ਜਮਾਨਾ ਬੜਾ ਐਡਵਾਂਸ ਅੱਜ ਕੱਲ੍ਹ। ਮੇਰੀ ਗੱਲ ਸੁਣ ਲਓ, ਜੇ ਮੈਨੂੰ ਛੱਡ ਕੇ ਕਿਤੇ ਗਏ ਨਾ ਫਿਰ ਆਪਦਾ ਹਿਸਾਬ ਲਾ ਲਿਓ ਤੁਸੀਂ। ਓਏ ਯਾਰ ਬੜਾ ਕਲੋਟਾ ਬਣ ਲਿਆ ਤੂੰ, ਨਾ ਰਾਹ ਪਾਉਣੀ ਆ ਕੋਈ ਗੱਲ। ਮੈਨੂੰ ਨਹੀਂ ਪਤਾ, ਮੈਂ ਇੱਕ ਵਾਰੀ ਗੱਲ ਕਹਿਤੀ ਤੇ ਕਹਿਤੀ। ਓਹੋ ਯਾਰ ਕੀ ਕਰੀਏ, ਬੜੇ ਕਲੋਟੇ ਅੜ ਗਏ। ਚੱਲ ਬਣਾਉਣੇ ਆ ਕੋਈ ਨਾ ਕੋਈ ਪਲੈਨ, ਘਰੇ ਕਹਿ ਦਿੰਦੇ ਹਾਂ ਹੋਰ 5-7 ਦਿਨ ਲਾ ਕੇ ਕਿਹਾ ਬਰਾਲਾਂਗੇ ਪਾਲਾਂਗੇ ਲੈਣ 'ਤੇ ਗੱਡੀ। ਕੋਈ ਨਾ ਚੱਲ ਕਿਹਾ, ਕੱਖ ਤਾਂ ਕੁਤਰ ਗਿਆ।